ਸਰਾਇਕੀ ਜ਼ਬਾਨ ਦੀ ਕਹਾਣੀ ਸਰਾਇਕੀ ਪਾਕਿਸਤਾਨ ਦੀ ਕਦੀਮ ਅਤੇ عظیم ਜ਼ਬਾਨ ਹੈ ਸਿੰਧ ਦੀ ਸਰਾਇਕੀ ਜ਼ਬਾਨ ਨੂੰ ਹਜ਼ਾਰਾਂ ਸਾਲਾਂ ਤੋਂ ਸਰਾਇਕੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਪਿਆ ਹਮਲਾ ਆਵਰਾਂ ਦੇ ਡਢਾਪ ਅਤੇ ਜ਼ਿਆਦਤੀਆਂ ਦੀ ਵਜ੍ਹਾ ਤੋਂ ਸਰਾਇਕੀ ਵਸੇ ਜਿਵੇਂ ਜਿਵੇਂ ਵੰਡਿਆ ਗਏ ਉਵੇਂ ਉਵੇਂ ਸਰਾਇਕੀ ਦੇ ਨਾਂ ਵੀ ਵੰਡੀ ਦੇ ਗਏ ਮਸਲਨ ਮੁਲਤਾਨੀ ਬਾਵਲਪੁਰੀ ਸ਼ਾਪੂਰੀ ਡੇਰਵੀ ਜਟਕੀ ਤੇ ਝੰਗਵੀ ਵਗੈਰਾ ਵਗੈਰਾ ਪਰ ਸਿੰਧ ਵਿੱਚ ਹਮੇਸ਼ ਕਨੂ ਇਕੋ ਸਰੇ ਕੀ ਆਖਿਆ ਗੇ ਅਤੇ ਆਖਿਆ ਵੇਂਦਾ ਪੇ ਇਹ ਹਕੀਕਤ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਜੋ ਸਰੇ ਕੀ ਪਾਕਿਸਤਾਨ ਦੀ ਕਦੀਮ ਅਤੇ عظیم ਜ਼ਬਾਨ ਹੈ ਜਿਹੜੀ ਜੋ ਬਿਲਾ ਸ਼ਿਰਕਤ ਗੈਰੇ ਮੋਹਿੰਜੋ ਦੜੋ ਤੇ ਹੜੱਪਾ ਤਹਿਜ਼ੀਬਾਂ ਦੀ ਅਮੀਨ ਵਾਰਿਸ ਅਤੇ ਯਾਦਗਾਰ ਹੈ ਇਹ ਗੱਲ ਤੋਂ कोई भी इनकार नहीं कर सकते जो पाकिस्तान दी, कौमी दी, अजीम की कौमी जबान उर्दू की अलामा अजीम माँ सरायकी ये किलामा सैयद सलमान नदवी मरहूम हाफिज़ महमूद शेरानी मरहूम डॉक्टर सैयद मोहुद्द्दीन कादरी जॉर्ज ग्रेरसन ओब्राइन वगैरह ज अजीम गैर सरायकी मुहिकीन दाविशा का मुताल किता बन सकते सरायकी वो वाहिद पाकिस्तानी जबान है जिनके असरात नद और पंजाब तू अगू निकल के वादीए गंगा जमुना हैदराबाद दक्कन ते फैल चुके ते हूँ तई इ असरात मौजूद हिन्न पे आज भी पाकिस्तान दे इलाकाई जबाना ते सराकी अपनी पूरी आब उताब तान शौकत नज़र आँदी है पाकिस्तान दे है एक सिरे तो दूजे सिरे तय चले वजो त तो तोहाकू की कहीं ना कहीं सूरत जरूर मिलसी सिंध में थर दरेगिस्तान पिशावर पिंडी हजारत इस्लामाबाद में तोहाकू सरैकी अलावण आलें की डालें कसीर तादाद नज़र आ सी कराची सराकी अलावण नाल भरिया पे कहीं कोई गाल गलत फहमी नहीं होनी चाहिए थी, जो सराकी जबान एक लहजाए सराकी का अपना कायदा अपने अंज तहजीत ਆਪਣੀ ਇਮਲਾ ਹੈ ਪਾਕਿਸਤਾਨ ਦੇ ਚਾਰੇ ਸੂਬੇ ਵਿੱਚ ਕਰੋੜਾਂ ਲੋਕ ਸਰੈਕੀ ਜ਼ਬਾਨ ਨੂੰ ਅਲੈਂਦਨ ਬੁਲੈਂਦਨ ਬਰੇ ਸਵੀਰ ਦੇ तमाम ਬਜ਼ੁਰਗਾਂ ਇਹ ਜ਼ਬਾਨ ਨੂੰ ਆਪਣੇ ਇਜ਼ਹਾਰ ਦਾ ਵਸੀਲਾ ਬਣਾਏ ਸਬੂਤ ਦੇ ਤੌਰ ਤੇ ਉਹਨਾਂ ਦਾ ਕਲਾਮ ਅੱਜ ਵੀ ਮੌਜੂਦ ਹੈ ਦੁਨੀਆ ਦੇ ਮੰਨੇ ਮੰਨੇ ਲਿਸਾਨੀ ਮੁਹੱਕਕ ਜਾਰਜ ਗ੍ਰੇਟਸਨ ਡਾਕਟਰ ਮੁਹੀਉਦੀਨ ਕਾਦਰੀ ਜ਼ੋਰ ਰੂਸੀ ਮੁਹੱਕਕ ਯੂ ਏ ਸਮਰਨੋਫ ਲੰਡਨ ਯੂਨੀਵਰਸਿਟੀ ਦੇ ਡਾਕਟਰ ਕ੍ਰਿਸਟੋਫਰ ਸ਼ੈਕਲ ਡਾਕਟਰ ਸ਼ੌਕਤ ਸਬਜ਼ਵਾਰੀ ਡਾਕਟਰ ਤਾਹਿਰ ਤੌਸਫੀ ਕੈਸ ਫਰੀਦੀ ਸ਼ੌਕਤ ਮੋਲ ਡਾਕਟਰ ਸਜਾਦ ਅਦਰ ਪਰਵੇਜ਼ ਮੁਹੰਮਦ ਅਲੀ ਸਿੱਦੀਕੀ ਪ੍ਰੋਫੈਸਰ ਖਲੀਲ ਸਿੱਦੀਕੀ ਡਾਕਟਰ ਗੋਪੀ ਚੰਦ ਨਾਰੰਗ ਜੈ ਤਮਾਮ ਵੱਡੇ ਮਾਹਿਰਾਂ ਨੇ ਲਿਸਾਨੀਅਤ ਇੰਦੀ ਲਿਸਾਨੀ ਅਤੇ ਤਰਕੀਬੀ ਖਸੂਸੀਅਤ ਕੋ ਮੱਦੇ ਨਜ਼ਰ ਰੱਖੇਂਦੇ ਹੋਏ ਇਕੋ ਅੰਜ ਜ਼ਬਾਨ ਆਖੇ ਇਹ ਜ਼ਬਾਨ ਦੀ ਸੌਤਿਆਤ ਅਫਾਲ ਤੇ ਅਫਾਲ ਦੀ ਗਰਦਾਨ ਹਰੂਫ ਅਤੇ ਬਹ ਲਸਾਨੀ ਕਵਾਇਦ ਦੇ ਹਵਾਲੇ ਨਾਲ ਇਕ ਹਕ ਅੰਜ ਆਤਮੁਕਮਲ ਜ਼ਬਾਨ تسلیم ਕੀਤਾ ਵਣ ਚੁਕੇ ਸ੍ਰੈਕੀ ਜ਼ਬਾਨ ਦਾ ਆਪਣਾ ਅੰਜ ਲਸਾਨੀ ਮਿਜ਼ਾਜ ਲਸਾਨੀ ਜਿਓਗ੍ਰਾਫੀਆ ਤੇ ਵਿਸੀ ਅਦਬੀ ਸਰਮਾਇਆ ਮੌਜੂਦ ਹੈ ਲਵ ਸ੍ਰੈਕੀ ਦੇ ਮਾਨੇ ਵਿੱਚ ਬਹੁ ਸ੍ਰੈਕੀ ਦਾਨਿਸ਼ਵਾਰਾਂ ਇਜ਼ਾਰ ਖਿਆਲ ਕੀਤੇ ਅਤੇ ਆਪਣਾ ਆਪਣਾ ਨੁਕਤਾ ਨਜ਼ਰ ਪੇਸ਼ ਕੀਤੇ ਪਰ ਉਹਨਾਂ ਸਭ ਦੇ ਵਿੱਚੋਂ ਮਾਰੂਫ ਅਦੀਬ ਅਖਤਰ ਅਲੀ ਖਾਨ ਬਲੋਚ ਮਰਹੂਮ ਦਾ ਖਿਆਲ ਦਰਸਤ ਹੈ ਉਹ ਲਿਖਦੇ ਨੇ ਜੋ ਸਰੈਕੀ ਦਾ ਲਫ਼ਜ਼ ਸਿਰਾ ਨਾਲ ਮੁਸ਼ਤਕ ਹੈ ਸਿਰਾ ਸ਼ੁਮਾਲ ਦੀ ਤਰਫ ਕੋ ਆਖਦਨ ਸਰੈਕੀ ਦੇ ਮਾਨੀ ਹੰਦ ਰੈ ਸਿੰਧ ਦੇ ਸ਼ੁਮਾਲੀ ਇਲਾਕੇ ਦੀ ਜ਼ਬਾਨ ਸਰਾਕੀ ਜ਼ਬਾਨ ਨਾ ਸਿਰਫ ਸਿੰਧ ਅਤੇ ਪਾਕਿਸਤਾਨ ਇੱਕ ਬੋਲੀ ਸਮਝੀ ਵੈਂਦੀ ਏ ਬਲਕਿ ਦਰਾਇ ਬੋਲਾਨ ਯਾਨੀ ਸਿੱਭੀ ਤੋਂ ਜੈਕਬਾਬਾਦ ਅਤੇ ਕੱਚੀ ਤੋਂ ਭਾਗ ਨਾੜੀ ਦੇ ਇਲਾਕੇ ਵਿੱਚ ਢੇਰ ਸਾਰੀ ਤਦਾਦ ਵਿੱਚ ਇਹ ਜ਼ਬਾਨ ਬੋਲੀ ਵੈਂਦੀ ਏ ਸਿਰਫ ਇਹ ਨਹੀਂ ਬਲਕਿ ਪਿਸ਼ਾਵਰ ਤੋਂ ਘੇਨ ਕੇ ਮਕਰਾਨ ਦੇ ਸਾਹਿਲ ਇਲਾਕਿਆਂ ਤਾਈਂ ਅਕਸਰ ਬਲੋਚ ਕਬਾਇਲ ਵਿੱਚ ਸਰਾਕੀ ਕੋ ਆਮ ਬੋਲ ਚਾਲ ਦੀ ਹیثیت ਹਾਸਲ ਹੈ